हाँ जी, ਸਤਿ ਸ਼੍ਰੀ ਅਕਾਲ। ਕੀ ਹਾਲ ਆ ਜੀ, ਕਿਵੇਂ ਸੀ? ਤਾਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਫੀਡ ਫਾਰਮੂਲੇ ਬਾਰੇ। ਤੇ ਚੱਕ ਲਓ ਕਾਪੀਆਂ ਤੇ ਕਰ ਲਓ ਨੋਟ ਸਾਰੇ। ਫੀਡ ਫਾਰਮੂਲੇ ਇਹਦੇ ਵਿੱਚ ਜਿਵੇਂ ਸਰੋਂ ਦੀ ਖਲ ਪੈਂਦੀ ਆ 15 ਕਿਲੋ, ਤੇ ਬੜੇਵੇਂ ਦੀ ਖਲ ਪੈਂਦੀ ਆ 5 ਕਿਲੋ, ਤੇ ਇੱਕ ਸਰੋਂ ਦੀ DOC ਹੁੰਦੀ ਆ ਉਹ 5 ਕਿਲੋ ਪੈਣੀ ਆ, ਤੇ ਕਣਕ ਪੈਣੀ ਆ 25 ਕਿਲੋ, ਮੱਕੀ ਪੈਣੀ ਆ 20 ਕਿਲੋ, ਅਤੇ ਕਣਕ ਦਾ ਚੌਕਰ ਹੋ ਗਿਆ ਉਹ 12 ਕਿਲੋ ਪੈਣਾ ਇਹਦੇ ਵਿੱਚ, ਅਤੇ ਇੱਕ ਛੋਲਿਆਂ ਦਾ ਛਿਲਕਾ ਹੁੰਦਾ ਵਾ ਉਹ 10 ਕਿਲੋ, ਅਤੇ ਚੌਲਾਂ ਦੀ ਕਣੀ ਪੈਣੀ ਆ 5 ਕਿਲੋ, ਅਤੇ ਮਿੱਠਾ ਸੋਡਾ ਵਿੱਚ ਪਾਉਣਾ ਵਾ ਆਪਾਂ 1 ਕਿਲੋ, 1 ਕਿਲੋ ਆਪਾਂ ਪਾਉਣਾ ਵਿੱਚ ਨਮਕ ਰੇ ਜਿਹੜਾ ਮਰਜ਼ੀ ਪਾ ਲਓ, ਅਤੇ ਗਰਮੀਆਂ ਜ਼ਰੂਰੀ ਹੁੰਦਾ ਗਲੂਕੋਜ ਉਹ ਵੀ 1 ਕਿਲੋ ਪਾ ਲਿਓ, 50 ਰੁਪਏ ਦਾ ਆ ਜਾਂਦਾ ਵਾ। ਅਤੇ ਫੀਡ ਆਪਾਂ ਨੂੰ ਰੇਟ ਪੈ ਜੂਗਾ 2700 ਨੂੰ, ਅਤੇ ਕੁਆਂਟਲ ਦਾ ਦੱਸਿਆ ਤੁਹਾਨੂੰ ਸਾਰਾ ਫਾਰਮੂਲਾ ਮੈਂ ਇਹ, ਅਤੇ ਸਾਰੇ ਤੁਹਾਨੂੰ ਮੈਂ ਭੇਜੂੰਗਾ ਇੱਕ ਲਿਸਟ, ਉਹ 'ਤੇ ਸਾਰਾ ਲਿਖਿਆ ਹੋਊਗਾ ਰੇਟ ਵੀ ਕਿਹੜੀ ਚੀਜ਼ ਕੀ ਭਾਅ ਆ, ਜਿਵੇਂ ਸਰੋਂ ਦੀ ਖਲ ਕੀ ਰੇਟ ਆ, ਸਾਰਾ ਕੁਛ ਐਰਾ ਵਗੈਰਾ। ਅਤੇ ਆ ਮੈਂ ਨਾਲ ਦੀ ਨਾਲ ਦਿਖਾਈ ਜਾਂਦਾ ਆਪਣੇ ਘਰ ਦੇ ਮੱਝਾਂ ਮੁੱਝਾਂ। ਹੋਰ ਸੁਣਾਓ ਭਰਾਵਾਂ ਦਾ ਕੀ ਹਾਲ ਆ, ਕਹਿਮ ਆ? ਆ ਗਈ ਆਪਣੀ ਬੱਚੀ, ਇਹ ਦੇਖੋ ਵਾਟਰ ਵੂਟਰ ਬੜਾ ਵਧੀਆ ਪੱਟਿਆ ਇਹਨੇ, ਇਹ ਗੱਲ ਹੁੰਦੀ ਆ ਬਰੀਡ ਦੀ। ਆਪਣੀ ਕੱਟੀ ਅਤੇ ਆਪਣੀ ਮੱਝ ਆ ਗਈ, ਮੱਝ ਆ ਦੇਖੋ ਗੈਪ ਗੂਪ ਬਹੁਤ ਜ਼ਿਆਦਾ ਆ, ਐਂ ਪੂਰੇ ਵਧੀਆ ਆਰਡਰ ਦੀ ਧਾਰਾਂ ਧੁਰਾਂ ਚੋਈਆਂ ਹੋਈਆਂ, ਸਵੇਰ ਦੇ ਮੌਕੇ ਦੀ ਵੀਡੀਓ ਹੈ, ਐਂ ਪੂੰ ਚੱਕ ਲੈਂਦੀਆਂ ਵਾਂ। ਆ ਗਈ ਆਪਣੀ ਕਾਲੋ ਮੱਝ, ਇਹ ਦੇ ਲਓ ਥਾਣ ਹਵਾਨਾ ਵਧੀਆ ਨਿਖੜਵਾਂ। ਆ ਗਈ ਆਪਣੀ ਗੈਰਗਾਂ, ਆ ਝੋਟੀ ਖੜੀ ਆਪਣੀ ਧੌਣ ਚੱਕੀ ਐਂ ਜੋਸ਼ ਨਾਲ, ਆ ਬਾਹਰ ਪਸ਼ੂ ਖੜੇ ਆਪਣੇ ਸਵੇਰ ਦੇ ਮੌਕੇ, ਅਤੇ ਆ ਸਾਰੇ ਪਸ਼ੂ ਆਪਣੇ ਆ ਗਏ। ਹੋਰ ਜੇ ਵਧੀਆ ਲੱਗੀ ਤਾਂ ਕਰਦਿਆ ਕਰੋ ਸ਼ੇਅਰ, ਦੱਬ ਕੇ ਕਮੈਂਟ ਕਰਦਿਆ ਕਰੋ, ਸਬਸਕ੍ਰਾਈਬ ਕਰਦਿਆ ਕਰੋ, ਲਾਈਕ ਸ਼ੇਅਰ ਕਰਦਿਆ ਕਰੋ। ਮੈਂ ਕਿਹਾ ਚੱਲ ਨਾਲ ਦੀ ਨਾਲ ਜਿਹੜੇ ਵੀਡੀਓ ਬਣਾ ਲਈਏ, ਅਤੇ ਨਾਲੇ ਆਪਣਾ ਫੀਡ ਫਾਰਮੂਲਾ ਹੋ ਜਾਣਾ ਮੈਂ ਕੰਪਲੀਟ, ਆਪਣੇ ਕੁੱਕਰ ਲੱਗਿਆ ਤਾਂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ।